ਟੈਂਪਰੇਰੀ ਵੀਜ਼ਾ ਰਿਫਿਊਜ਼ ਹੋ ਕੇ ਤੁਸੀਂ ਪਰਮਾਨੈਂਟ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਹੋ। ਬਟ ਜੇ ਤੁਹਾਡਾ ਪਰਮਾਨੈਂਟ ਵੀਜ਼ਾ ਰਿਫਿਊਜ਼ ਹੋ ਜੇ ਤਾਂ ਟੈਂਪਰੇਰੀ ਵੀਜ਼ਾ ਛੇਤੀ ਛੇਤੀ ਨਹੀਂ ਮਿਲਦਾ। ਮਤਲਬ ਅਗਰ ਤੁਸੀਂ ਸਟੱਡੀ ਵੀਜ਼ਾ, ਵਰਕ ਪਰਮਿਟ, ਵਿਜ਼ਟਰ ਵੀਜ਼ਾ ਦੇ ਲਈ ਅਪਲਾਈ ਕੀਤਾ, ਤੁਹਾਡਾ ਵੀਜ਼ਾ ਕਿਸੇ ਕਾਰਨਾਂ ਕਰਕੇ ਨਹੀਂ ਲੱਗਿਆ, ਤਾਂ ਪਰਮਾਨੈਂਟ ਵੀਜ਼ਾ ਲਈ ਜਦੋਂ ਪਰਮਾਨੈਂਟ ਜਾਂ PR ਦੇ ਲਈ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਬਟ ਅਗਰ ਤੁਹਾਡੀ PR ਦੀ ਹੀ ਐਪਲੀਕੇਸ਼ਨ ਰਿਫਿਊਜ਼ ਹੋ ਜਾਵੇ ਤੇ ਉਸ ਤੋਂ ਬਾਅਦ ਟੈਂਪਰੇਰੀ ਵੀਜ਼ਾ ਜਾਣੀ ਸਟੂਡੈਂਟ ਵਿਜ਼ਟਰ ਜਾਂ ਵਰਕ ਪਰਮਿਟ ਲੈਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ। ਸੋ ਜੀ ਇਮੀਗ੍ਰੇਸ਼ਨ ਨੇ ਵੀ ਇਹ ਮਿਹਨਤ ਕੀਤੀ ਤੇ ਸਾਡੇ ਸਟੂਡੈਂਟ ਜਿਨ੍ਹਾਂ ਦਾ ਨਾਮ ਸਿਮਰਨਪ੍ਰੀਤ ਕੌਰ ਰੱਖੜਾ ਨੇ, ਇਹਨਾਂ ਦਾ ਸਟੱਡੀ ਵੀਜ਼ਾ ਅਪਰੂਵ ਕਰਾ ਕੇ ਦਿੱਤਾ। ਸਿਮਰਨਪ੍ਰੀਤ ਕੌਰ ਰੱਖੜਾ ਕਿਸੇ ਟਾਈਮ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜੀਡੈਂਟ ਸਨ, ਯਾਨੀ ਉੱਥੋਂ ਦੇ PR ਸਨ, ਤੇ ਸਾਲ 2014 ਦੇ ਵਿੱਚ ਇਹਨਾਂ ਦੀ ਜਿਹੜੀ PR ਆ ਉਹ ਐਕਸਪਾਇਰ ਹੋ ਚੁੱਕੀ ਸੀ। ਇਹਨਾਂ ਦੀ ਫੈਮਿਲੀ ਸਾਲ 2009 ਦੇ ਵਿੱਚ 21-7-2009 ਨੂੰ ਐਜ਼ ਅ PR ਕੈਨੇਡਾ ਜਾਂਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਆਉਣਾ ਜਾਣਾ ਇੰਡੀਆ ਲੱਗਿਆ ਰਹਿੰਦਾ ਤੇ ਐਟ ਦਾ ਐਂਡ ਸਾਲ 2014 ਯਾਨੀ ਅਕਤੂਬਰ 2014 ਨੂੰ ਇਹ ਇੰਡੀਆ ਦੇ ਵਿੱਚ ਹੁੰਦੇ ਆ। ਕਿਸੇ ਕਾਰਨਾਂ ਕਰਕੇ ਫੈਮਿਲੀ ਦੇ ਵਿੱਚ ਇਹ ਕੈਨੇਡਾ ਨਹੀਂ ਜਾ ਸਕਦੇ ਤੇ ਇਹਨਾਂ ਦੀ PR ਸਾਲ 2014 ਦੇ ਵਿੱਚ ਐਕਸਪਾਇਰ ਹੋ ਜਾਂਦੀ। ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਜੇ ਇੱਕ ਵਾਰੀ PR ਮਿਲ ਜੇ ਤਾਂ ਸਾਰੀ ਉਮਰ ਕੈਨੇਡਾ ਦੇ ਵਿੱਚ ਉਹ ਪੱਕੇ ਤੌਰ ਤੇ ਰਹਿ ਸਕਦੀ। ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ। PR ਗਵਰਨਮੈਂਟ ਆਫ ਕੈਨੇਡਾ ਤੁਹਾਨੂੰ 5 ਸਾਲ ਦੇ ਲਈ ਦਿੰਦੀ ਹੈ ਤੇ 5 ਸਾਲ ਬਾਅਦ ਤੁਹਾਨੂੰ PR ਨੂੰ ਐਕਸਟੈਂਡ ਕਰਵਾਉਣਾ ਪੈਂਦਾ ਆਪਣੇ PR ਕਾਰਡ ਤੇ ਉਸਦੇ ਕੁਛ ਰੂਲ ਰੈਗੂਲੇਸ਼ਨ ਨੇ। ਅਗਰ ਤੁਸੀਂ ਉਹ ਰੂਲ ਰੈਗੂਲੇਸ਼ਨ ਕੰਪਲੀਟ ਨਹੀਂ ਕਰਦੇ ਤਾਂ PR ਬੰਦਾ ਅੱਗੇ ਆਪਣੀ ਐਕਸਟੈਂਡ ਨਹੀਂ ਕਰਵਾ ਪਾਉਂਦਾ। ਅਗਰ ਚੰਗੇ ਤਰੀਕੇ ਨਾਲ ਫੋਲੋ ਕਰਦੇ ਹਾਂ, ਲਾਈਕ PR ਦੇ ਵਿੱਚ ਇੱਕ ਸਮਾਂ ਹੁੰਦਾ ਵੀ ਅਗਰ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ, ਯਾਨੀ ਤੁਹਾਡਾ ਕੈਨੇਡੀਅਨ ਪਾਸਪੋਰਟ ਫੇਰ ਬਣੂ, ਵੀ ਆਪ 5 ਸਾਲਾਂ ਦੇ ਵਿੱਚ ਇੰਨੇ ਦਿਨ ਤੁਸੀਂ ਕੈਨੇਡਾ ਦੇ ਵਿੱਚ ਰਹੋਗੇ। ਮਿਨੀਮਮ ਵੀ ਹੁੰਦੀ ਹੈ, ਮੈਕਸੀਮਮ ਵੀ ਹੁੰਦੀ ਹੈ। ਮੈਕਸੀਮਮ ਤੁਸੀਂ ਰਹੇ ਤਾਂ ਤੁਸੀਂ ਅੱਗੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰ ਸਕਦੇ ਹੋ। ਮਿਨੀਮਮ ਵੀ ਤੁਸੀਂ ਨਾ ਰਹੇ ਤਾਂ ਤੁਹਾਡਾ PR ਕਾਰਡ ਵੀ ਜਿਹੜਾ ਐਕਸਟੈਂਡ ਨਹੀਂ ਹੋਊਗਾ। ਸੇਮ ਸਿਮਰਨਪ੍ਰੀਤ ਕੌਰ ਰੱਖੜਾ ਦੀ ਫੈਮਿਲੀ ਦੇ ਨਾਲ ਹੋਇਆ, ਕਿਉਂਕਿ ਇਹਨਾਂ ਦੀ ਫੈਮਿਲੀ ਪ੍ਰੋਬਲਮ ਇਦਾਂ ਦੀ ਸੀ। ਅਕਤੂਬਰ 2014 ਦੇ ਵਿੱਚ ਇਹਨਾਂ ਦਾ ਜਿਹੜਾ PR ਕਾਰਡ ਉਹ ਐਕਸਪਾਇਰ ਹੋ ਚੁੱਕਿਆ ਸੀ ਸਾਰੀ ਫੈਮਿਲੀ ਦਾ, ਤੇ ਉਸ ਤੋਂ ਬਾਅਦ ਇਹਨਾਂ ਨੇ ਅਪਲਾਈ ਕੀਤਾ ਤੇ ਇਹਨਾਂ ਦਾ PR ਕਾਰਡ ਐਕਸਟੈਂਡ ਨਹੀਂ ਹੋਇਆ, ਕਿਉਂਕਿ ਇਹਨਾਂ ਨੇ ਮਿਨੀਮਮ ਡੇਜ਼ ਦੀ ਕੰਡੀਸ਼ਨ ਜਿਹੜੀ ਉਹ ਪੂਰੀ ਨਹੀਂ ਕੀਤੀ ਸੀ। ਉਸ ਤੋਂ ਬਾਅਦ ਸਟੂਡੈਂਟ ਆਪਣੀ ਸਟੱਡੀ ਇੰਡੀਆ ਦੇ ਵਿੱਚ ਕੰਟੀਨਿਊ ਕਰਦਾ। ਸਾਲ 2018 ਦੇ ਵਿੱਚ ਉਹ ਆਪਣੀ 10th ਕੰਪਲੀਟ ਕਰਦਾ ਤੇ ਸਾਲ 2020 ਦੇ ਵਿੱਚ ਆਪਣੀ 12th ਕੰਪਲੀਟ ਕਰਦਾ। ਉਸ ਤੋਂ ਬਾਅਦ ਬੱਚਾ ਨੀਟ ਦੇ ਐਗਜ਼ਾਮ ਦੇ ਲਈ ਵੀ ਅਪੀਅਰ ਕਰਦਾ, ਬਟ ਕਿਤੇ ਨਾ ਕਿਤੇ ਉਹਨੂੰ ਸਕਸੈਸ ਨਹੀਂ ਮਿਲਦੀ ਤੇ ਦੈਨ ਆਪਣਾ IELTS ਕੰਪਲੀਟ ਕਰਕੇ ਅੱਗੇ ਸਟੱਡੀ ਵੀਜ਼ਾ ਦੇ ਲਈ ਟਰਾਈ ਕਰਦਾ। 6.5 ਇਹਨਾਂ ਦੇ ਬੈਂਡ ਸਨ ਤੇ ਉਸ ਤੋਂ ਬਾਅਦ ਜੀ ਇਮੀਗ੍ਰੇਸ਼ਨ ਕੋਲ ਆਇਆ। ਹੁਣ ਕਿਉਂਕਿ ਆਲਰੇਡੀ ਸਟੂਡੈਂਟ ਪਹਿਲਾਂ ਐਜ਼ ਅ PR ਕੈਨੇਡਾ ਰਹਿ ਚੁੱਕਿਆ ਸੀ, ਉਹਨਾਂ ਦੀ ਫੈਮਿਲੀ ਰਹਿ ਚੁੱਕੀ ਸੀ, ਬਹੁਤ ਸਟਰੋਂਗ ਪ੍ਰੈਜੈਂਟੇਸ਼ਨ ਇਸ ਐਪਲੀਕੇਸ਼ਨ ਦੇ ਉੱਪਰ ਲੱਗਣੀ ਸੀ, ਬਟ ਅਸੀਂ ਹਾਰਡਵਰਕ ਕੀਤਾ, ਮਿਹਨਤ ਕੀਤੀ, ਸਾਰੀ ਦਾ ਸਾਰਾ ਕੇਸ ਨੂੰ ਬੈਕਗ੍ਰਾਉਂਡ ਚੈੱਕ ਕੀਤਾ, ਉਸਨੂੰ ਚੰਗੇ ਤਰੀਕੇ ਨਾਲ ਐਕਸਪਲੇਨ ਕੀਤਾ, ਜਿਸ ਦੀ ਬਦੌਲਤ ਸਿਮਰਨਪ੍ਰੀਤ ਕੌਰ ਰੱਖੜਾ ਦਾ ਕੈਨੇਡਾ ਸਟੱਡੀ ਵੀਜ਼ਾ ਅਪਰੂਵ ਹੁੰਦਾ ਤੇ ਸਿਮਰਨਪ੍ਰੀਤ ਆਲਰੇਡੀ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਐਜ਼ ਏ PR ਰਹਿ ਚੁੱਕਿਆ। ਸਾਲ 2009 ਤੋਂ ਲੈ ਕੇ ਸਾਲ 2014 ਤੱਕ ਇਹ ਕੈਨੇਡਾ ਦੇ ਵਿੱਚ PR ਸਨ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ PR ਕਾਰਡ ਐਕਸਪਾਇਰ ਹੋ ਚੁੱਕਿਆ ਸੀ ਤੇ ਅੱਗੇ ਐਕਸਟੈਂਡ ਨਹੀਂ ਹੋਇਆ ਸੀ ਤੇ ਜੀ ਇਮੀਗ੍ਰੇਸ਼ਨ ਨੇ ਸਾਲ 2023 ਦੇ ਵਿੱਚ ਇਹਨਾਂ ਨੂੰ ਦੁਬਾਰਾ ਫਿਰ ਕੈਨੇਡਾ ਪਹੁੰਚਾਇਆ ਸਟੱਡੀ ਵੀਜ਼ਾ ਦੇ ਉੱਪਰ। ਧੰਨਵਾਦ।